ਭਾਵੇਂ ਆਜ਼ਾਦੀ ਨੂੰ 74 ਸਾਲ ਹੋ ਚੁੱਕੇ ਨੇ ਪਰ ਅੱਜ ਵੀ ਇਹਨਾਂ ਤਸਵੀਰਾਂ ਨੂੰ ਦੇਖ ਕੇ ਇੰਜ ਜਾਪਦਾ ਜਿਵੇਂ ਅਸੀਂ ਆਜ਼ਾਦ ਦੇਸ਼ ਵਿੱਚ ਨਹੀਂ ਬਲਕਿ ਅੱਜ ਵੀ ਗੁਲਾਮੀ ਭਰੀ ਜ਼ਿੰਦਗੀ ਜੀ ਰਹੇ ਹਾਂ। ਹਰ ਪਾਸੇ ਅਤੇ ਹਰ ਸਮੇਂ ਵਿਕਾਸ ਦਾ ਦਾਵਾ ਕਰਨ ਵਾਲੀ ਰਾਜਨੀਤਿਕ ਪਾਰਟੀਆਂ ਨੂੰ ਸ਼ਾਇਦ ਇਹ ਪਿੰਡ ਸਿਰਫ ਵੋਟਾਂ ਮੰਗਣ ਸਮੇਂ ਹੀ ਯਾਦ ਆਉਂਦਾ ਹੋਣਾ, ਪਰ ਤੁਹਾਨੂੰ ਦੱਸ ਦਈਏ ਕਿ ਇਹ ਨੇ ਪਠਾਨਕੋਟ ਦੇ ਹਲਕਾ ਭੋਆ ਦੀਆਂ ਤਸਵੀਰਾਂ ਜਿੱਥੇ ਲੋਕ ਅੱਜ ਵੀ ਆਪਣੀ ਜਾਨ ਖਤਰੇ ਵਿੱਚ ਪਾ ਕੇ ਕਿਸ਼ਤੀ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਨੇ। ਆਜ਼ਾਦੀ ਤੋਂ ਬਾਅਦ ਤੋਂ ਹੀ ਲੋਕ ਆਪਣੇ ਵਹੀਕਲ ਇਸ ਕਿਸ਼ਤੀ ਵਿੱਚ ਲੱਦ ਕੇ ਲੈ ਕੇ ਜਾਂਦੇ ਨੇ ਅਤੇ ਅੱਗੋਂ ਆਪਣੇ ਵਹੀਕਲ ਰਾਹੀਂ ਹੀ ਸਫ਼ਰ ਤੈਅ ਕਰਦੇ ਨੇ। ਲੋਕਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਉਹਨਾਂ ਦੀ ਜਾਨ ਨੂੰ ਹਮੇਸ਼ਾ ਖਤਰਾ ਬਣਿਆ ਰਹਿੰਦਾ ਪਰ ਉਹ ਕਰਨ ਵੀ ਕੀ। ਜੇਕਰ ਸੜਕੀ ਮਾਰਗ ਰਾਹੀਂ ਜਾਂਦੇ ਨੇ ਤਾਂ 16 ਤੋਂ 17 ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪੈਂਦਾ। ਸਰ ਪਰੇਸ਼ਾਨੀ ਤਾਂ ਬਹੁਤ ਜ਼ਿਆਦਾ ਹੈਗੀ ਇਸ ਵੇਲੇ, ਕਿਉਂਕਿ ਛੋਟੇ ਜਿਹੇ ਬੱਚੇ ਨੂੰ ਲੈ ਕੇ ਆਉਣਾ ਤਾਂ ਕਾਫ਼ੀ ਜ਼ਿਆਦਾ ਮੁਸ਼ਕਿਲ ਵਾਲੀ ਗੱਲ ਹੈ ਅਤੇ ਸਰਕਾਰ ਨੂੰ ਚਾਹੀਦਾ ਕਿ ਇੱਥੇ ਪੁੱਲ ਬਣਾਉਣਾ ਚਾਹੀਦਾ ਜਿਹੜੇ ਕਿ ਸਾਰਿਆਂ ਨੂੰ ਸਹੂਲਤ ਮਿਲ ਜਾਏਗੀ। ਇੱਕ ਤਾਂ ਆਉਣ ਜਾਣ 'ਚ ਕਾਫ਼ੀ ਜਿਹੜੀ ਮੁਸ਼ਕਿਲ ਹੁੰਦੀ ਹੈ ਉਹ 'ਚ ਸਾਰਿਆਂ ਨੂੰ ਕਾਫ਼ੀ ਜ਼ਿਆਦਾ ਫਾਇਦਾ ਹੋਏਗਾ। ਦੂਸਰਾ ਇਹ ਹੈ ਕਿ ਜਿਹੜਾ ਇਹ ਰਿਸਕ ਵਾਲਾ ਕੰਮ ਹੈ ਉਹ ਤੋਂ ਬਚਣਾ ਪਏਗਾ। ਭੈਣ ਜੀ ਆਪਾਂ ਇੱਕ ਲਾਈਨਾਂ ਸੁਣਦੇ ਆਏ ਹਾਂ, ਸ਼ੁਰੂ ਤੋਂ ਸੁਣਦੇ ਆਏ ਹਾਂ, ਗਾਂ ਸਾਡੇ ਬੱਚੇ ਵੀ ਸੁਣਦੇ ਆ, ਹਮ ਹੋਗੇ ਕਾਮਯਾਬ ਇੱਕ ਦਿਨ, ਉਹ ਕਦੋਂ ਦਿਨ ਆਏਗਾ? ਜੇ ਲੱਗਦਾ ਹੈ ਹੋ ਗਏ ਆ, ਜੇ ਨਹੀਂ ਹੋਏ ਤਾਂ ਕਦੋਂ ਉਹ ਦਿਨ ਆਏਗਾ? ਸਰ ਜੇ ਸਰਕਾਰ ਸੁਣੇਗੀ ਤਾਂ ਫਿਰ ਹੀ ਹੋਏਗਾ, ਇੱਦਾਂ ਕਿੱਦਾਂ ਹੋਏਗਾ? ਹੁਣ ਗਾਂ ਵੋਟਾਂ ਆ ਗਈਆਂ ਸਰਕਾਰਾਂ ਨੇ, ਹਾਂ ਜਦੋਂ ਵੋਟਾਂ ਆਣੀਆਂ ਫਿਰ ਤਾਂ ਸਾਰਿਆਂ ਨੇ ਮੰਗਣਾ ਆ ਜਾਣਾ, ਲੇਕਿਨ ਜਦੋਂ ਇਹ ਵਾਲੇ ਕੰਮ 'ਤੇ ਆਉਂਦਾ ਫਿਰ ਸਾਰੇ ਕਿਉਂ ਅੱਖਾਂ ਮੀਟ ਲੈਂਦੇ ਆ? ਇਹਨਾਂ ਤਾਂ ਸੁਣਨਾ ਚਾਹੀਦਾ ਨਾ ਫਿਰ, ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਨਾ ਫਿਰ। ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਲੋਕਾਂ ਨੂੰ ਹਰ ਦਿਨ ਆਪਣੀ ਜ਼ਿੰਦਗੀ ਖਤਰੇ ਵਿੱਚ ਪਾਉਣੀ ਪੈ ਰਹੀ ਹੈ। ਸਵਾਲ ਕਈ ਖੜੇ ਹੁੰਦੇ ਨੇ, ਜਾਂ ਤਾਂ ਸਥਾਨਕ ਲੋਕਾਂ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਂਦਾ ਅਤੇ ਜਾਂ ਲੀਡਰ ਇੱਥੇ ਪੁੱਲ ਬਣਾਉਣ ਦੀ ਸਿਰਦਰਦੀ ਹੀ ਨਹੀਂ ਲੈਣਾ ਚਾਹੁੰਦੇ। ਜ਼ਰੂਰਤ ਹੈ ਇਸ ਵੱਲ ਧਿਆਨ ਦੇਣ ਦੀ ਤਾਂ ਜੋ ਵਿਕਾਸਸ਼ੀਲ ਦੇਸ਼ ਦੀ ਅਜਿਹੀ ਤਸਵੀਰ ਨੂੰ ਨਕਸ਼ੇ ਤੋਂ ਹਟਾਇਆ ਜਾ ਸਕੇ। ਅਸੀਂ ਨਰੋਡ ਜਾਮ ਸਿੰਘ ਤੋਂ ਆਏ ਹਾਂ ਜੀ। ਜਾਣਾ ਕਿੱਥੇ? ਪਾਰ ਜਾਣਾ ਕਿੜੀ। ਸਰ ਕਿੰਨਾ ਕੁ ਮੁਸ਼ਕਿਲ ਲੱਗਦਾ ਆ ਇੱਥੇ ਆਉਣਾ ਜਾਣਾ, ਕਿੰਨਾ ਕੁ ਮੁਸ਼ਕਿਲ ਲੱਗਦਾ? ਨਹੀਂ ਮੁਸ਼ਕਿਲ ਤਾਂ ਭਾਅ ਜੀ ਹੈਗੀ ਆ, ਦੇਖੋ ਨਾ ਇਹ ਛੋਟਾ ਜਿਹਾ ਮਸੂ ਹੈ ਅਤੇ ਡਰ ਵੀ ਬਹੁਤ ਲੱਗਦਾ। ਦੇਖੋ ਨਾ ਮੋਟਰਸਾਈਕਲ ਵੀ ਟਪਾਉਣਾ, ਬੱਚੇ ਵੀ ਹੈਗੇ ਨਾਲ, ਲੇਡੀ ਵੀ ਹੈਗੀ ਆ, ਬਹੁਤ ਔਖਾ। ਅਤੇ ਰਾਹ ਦੂਜੇ ਪਾਸਿਓਂ ਵੀ ਹੈਗਾ ਆ, ਫਿਰ ਇਸ ਰਾਹ ਨੂੰ ਪਾਸੇ ਕਿਉਂ? ਇਹ ਸ਼ੋਰਟ ਲੱਗਦਾ ਸਰ, ਸ਼ੋਰਟ ਲੱਗਦਾ ਤੇਲ ਟੂਲ ਵੱਜ ਜਾਂਦਾ। ਹਾਂ ਕਥਰੋਪੁਰ ਪੁੱਲ ਰਸਤੇ ਜਾ ਤੋਂ ਉਤਰੋਂ 10 ਕਿਲੋਮੀਟਰ ਬਣ ਜਾਂਦਾ, ਇੱਧਰੋਂ ਬਣਦਾ 3 ਕਿਲੋਮੀਟਰ ਸਾਰਾ। ਅੱਛਾ ਜੀ, ਹਾਂਜੀ। ਕਿੰਨਾ ਹੁਣ ਬੱਚੇ ਵੀ ਤੁਸੀਂ ਨਾਲ ਲੈ ਕੇ ਆਏ? ਮੈਂ ਦੇਖਿਆ ਮਾੜੀ ਜਿਹੀ ਬੇੜੀ ਜਦੋਂ ਹਿੱਲੀ ਸੀ, ਮੇਰੇ ਖਿਆਲ ਡਰ ਦਾ ਮਾਹੌਲ ਬਣ ਜਾਂਦਾ। ਡਰ ਤਾਂ ਹੈ ਤੇ ਰਿਸਕ ਹੈ, ਰਿਸਕ ਬਹੁਤ, ਪਰ ਸਰਕਾਰਾਂ ਨੂੰ ਕੋਈ ਸੁੱਧ ਬੁੱਧ ਲੈਣੀ ਚਾਹੀਦੀ ਕਿ ਨਹੀਂ? ਉਹੀ ਆ ਨਾ, ਇੱਥੇ ਪੁੱਲ ਬਣਾਓ, ਛੋਟ ਲੱਗਦਾ ਜੇ ਛੋਟਾ ਜਿਹਾ ਪੁੱਲ ਬਣਾ ਦਿਓ, ਜੇ ਜਦ ਕਾਫੀ ਵੱਡਾ ਨੇ ਛੋਟਾ ਬਣਾ ਦਿਓ, ਥੋੜ੍ਹੀ ਸਹੂਲਤ ਤਾਂ ਹੋਵੇ। ਪਠਾਨਕੋਟ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, ਦਾ ਸਟੋਰੀ ਟੀਵੀ।